ਲਓ ਜੀ, ਸਵੇਰ ਦੇ 9 ਵਜ ਚੁੱਕੇ ਆ ਤੇ ਡੈਡੀ ਜੀ, ਇਹ ਸਾਡੀ ਮਾਸੀ ਵਾਲਾ ਮੁੰਡਾ, ਮਾਸੀ ਕਾ ਛੋਕਰਾ ਤੇ ਆਪਣੀ ਬੀਬੀ ਦੇ ਸਤਵੀਰ ਅੰਦਰ ਆ। ਉਹ ਸਤਵੀਰ ਪੜਤਾਲ ਕਰਦੀ ਪਈ ਆ ਵੀ ਕੀ ਬਣ ਰਿਹਾ ਤੇ ਕਿੱਦਾਂ ਬਣ ਰਿਹਾ। ਤੇ ਇਸ ਵੇਲੇ ਹੈਗੇ ਆਪਾਂ ਕਿੱਥੇ? ਜੰਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੰਦਰੁਸਤ ਹੋਵੋਗੇ। ਤੇ ਅੱਜ ਦੇ ਵਲੌਗ ਨੂੰ ਆਪਾਂ ਜੰਮੂ ਤੋਂ ਸਟਾਰਟ ਕਰਦੇ ਪਏ ਹਾਂ। ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀਗਾ ਵੀ ਆਪਾਂ ਗਏ ਸੀਗੇ ਹਜ਼ੂਰ ਸਾਹਿਬ ਤੇ ਉਸ ਤੋਂ ਬਾਅਦ ਪਟਨਾ ਸਾਹਿਬ, ਤੇ ਉਹ ਸਾਰਾ ਟ੍ਰਿਪ ਤੁਸੀਂ ਵਲੌਗ ਦੇ ਵਿੱਚ ਦੇਖਿਆ ਸੀਗਾ। ਤੇ ਘਰੇ ਟੇਕ ਕੇ ਬੈਠ ਨਹੀਂ ਹੋਇਆ, ਤਕਰੀਬਨ ਸਾਨੂੰ 1.5 ਮਹੀਨਾ ਹੀ ਹੋਇਆ ਹੋਣਾ ਘਰ ਆਇਆਂ ਨੂੰ, ਹੈਨਾ। ਤੇ ਫਿਰ ਤੋਂ ਆਪਾਂ ਚਾਲੇ ਪਾ ਲਏ ਆ ਜੀ ਇੱਕ ਨਵੇਂ ਸਫ਼ਰ ਵੱਲ। ਤੇ ਇੱਧਰੋਂ ਚੜ੍ਹਦੇ ਵਾਲੇ ਪਾਸਿਓਂ ਸੂਰਜ ਦੇਵਤਾ ਜਿਹੜੇ ਪ੍ਰਕਾਸ਼ ਕਰ ਗਏ ਆ। ਤੇ ਢਾਬੇ 'ਤੇ ਸਵੇਰੇ ਬ੍ਰੇਕ ਮਾਰੀ ਆ, ਘਰੋਂ ਨਹੀਂ ਵਲੌਗ ਸਟਾਰਟ ਕੀਤਾ। ਜਿਹੜਾ ਅੱਜ ਦਾ ਵਲੌਗ ਸਟਾਰਟ ਕੀਤਾ ਆਪਾਂ ਜੰਮੂ ਜਾ ਕੇ ਸਟਾਰਟ ਕੀਤਾ, ਕਿਉਂ ਪਹਿਲਾਂ ਵੀ ਤੁਸੀਂ ਇਹ ਜਿਹੜਾ ਕਿੱਥੇ ਦਾ ਟ੍ਰਿਪ ਆ, ਤੁਹਾਨੂੰ ਵੈਸੇ ਤਾਂ ਥੰਬਨੇਲ ਪੜ੍ਹ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਕਿੱਥੇ ਜਾ ਰਹੇ ਹਾਂ। ਫਿਰ ਵੀ ਆਪਾਂ ਦੱਸ ਦਿੰਦੇ ਹਾਂ, ਡੈਡੀ ਜੀ ਦੱਸੂਗੇ ਆਪਣੀ ਜਵਾਨੀ। ਅਸੀਂ ਜਾ ਰਹੇ ਹਾਂ ਜੀ ਪਹਿਲਾਂ ਕਸ਼ਮੀਰ, ਉੱਥੇ ਸਟੇਅ ਕਰਾਂਗੇ, ਫਿਰ ਅੱਗੇ ਅਸੀਂ ਲੇਹ ਲਦਾਖ, ਉੱਥੇ ਸਾਡਾ ਵਿਚਾਰ ਬਣਦਾ ਜਾਣ ਦਾ, ਦਰਸ਼ਨ ਮਿਲੇ ਕਰਨ ਦਾ ਵਿਚਾਰ ਬਣਦਾ ਪਿਆ। ਕੀ ਵਿੱਚ ਐਡ ਆਨ ਕਰਨਾ, ਕੀ ਨਹੀਂ ਕਰਨਾ, ਉਹ ਸਾਰਾ ਹਜੇ ਕੁਛ ਨਹੀਂ ਹੈਗਾ, ਪ੍ਰੀ ਪਲੈਨਡ ਨਹੀਂ ਹੈਗਾ ਬਿਲਕੁਲ ਵੀ। ਅਤੇ ਇਹਨੂੰ ਪਲੈਨ ਕੀਤਾ ਜਾਊਗਾ ਮਾਹੌਲ ਦੇ ਹਿਸਾਬ ਨਾਲ, ਅਤੇ ਜਿੱਦਾਂ ਵੀ ਪ੍ਰੋਗਰਾਮ ਹੋਊਗਾ ਤੁਹਾਨੂੰ ਦੱਸੀ ਜਾਵਾਂਗੇ। ਜੋ ਵੀ ਆਪਾਂ ਐਕਟੀਵਿਟੀ ਕਰਾਂਗੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਅਤੇ ਤੁਸੀਂ ਵਲੌਗ ਨੂੰ ਸ਼ੇਅਰ ਕਰ ਦਿਓ, ਚੰਗੀ ਤਰ੍ਹਾਂ ਦੇਖਿਓ, ਪੂਰਾ ਦੇਖਿਓ ਬਿਨਾਂ ਸਕਿੱਪ ਕੀਤੇ। ਅਤੇ ਇਹ ਜਿਹੜੀ ਸੀਰੀਜ਼ ਹੋਊਗੀ ਲਦਾਖ ਦੀ ਸੀਰੀਜ਼ ਹੋਊਗੀ। ਪਹਿਲਾਂ ਪਿਛਲੇ ਸਾਲ ਵੀ ਮੈਂ, ਪਿਤਾ ਜੀ, ਮੰਮੀ ਅਤੇ ਸਤਵੀਰ ਗਏ ਸੀ, ਇਸ ਵਾਰ ਸਾਡੇ ਨਾਲ ਮੰਮੀ, ਡੈਡੀ ਜੀ, ਮਾਸੀ ਦਾ ਮੁੰਡਾ ਅਤੇ ਸਤਵੀਰ ਅਤੇ ਮੈਂ ਹੈਗੇ ਹਾਂ। ਆਪਾਂ 5 ਜਣੇ ਹੈਗੇ ਪੂਰੇ ਗੱਡੀ ਦੇ ਵਿੱਚ। ਅਤੇ ਇੱਥੇ ਬ੍ਰੇਕਫਾਸਟ ਕਰਨ ਲੱਗੇ ਸੀ ਸਵੇਰ ਦੇ। ਕਿੰਨੇ ਵਜੇ ਤੁਰੇ ਹੋਏ ਹਾਂ? 4 ਵਜੇ ਦੇ ਆਪਾਂ ਘਰੋਂ ਨਿਕਲੇ ਹੋਏ ਹਾਂ, ਅਤੇ ਹੁਣ ਆਪਾਂ 9 ਵਜੇ ਬ੍ਰੇਕ ਮਾਰੀ ਬ੍ਰੇਕਫਾਸਟ ਦੀ ਜੰਮੂ ਆ ਕੇ। ਲਿਆ ਬਈ ਮਿੱਤਰਾ, ਪਰੌਂਠੇ ਆ ਗਏ ਆ ਜੀ, ਦਹੀਂ ਵੀ ਮਿਲੂ, ਦਹੀਂ ਵੀ ਲਿਆ ਦਿਓ। ਹਾਂ ਇਹ ਸਬਜ਼ੀ ਵਾਲੇ ਬਈ, ਅਤੇ ਜੱਸੂ ਨੇ ਤਾਂ ਖਾਣਾ ਹੀ ਹੋਣਾ ਬਈ। ਇੱਕ ਵਾਰ ਨਾ ਬਾਕੀ ਗੱਲਾਂ ਦੀ ਗੱਲਾਂ, ਅਮਾ ਪਰੌਂਠੇ ਦਾ ਝਾੜ ਦੇਖੋ, ਤੱਤਾ ਦੇਖਿਆ ਕਿੱਡਾ ਵੱਡਾ ਪਰੌਂਠਾ। ਅਤੇ ਮੈਂ ਇਹ ਨਾ ਜਿੱਦਾਂ ਨਾ ਫਰਾਈ ਕੀਤਾ ਹੁੰਦਾ, ਇੱਦਾਂ ਨਹੀਂ ਲੱਗਦਾ, ਤੇਲ ਬਹੁਤ ਲਾਉਂਦੇ ਆ। ਆਹ ਦੇਖੋ ਰਾਜਮਾਂਹ ਦੀ ਸਬਜ਼ੀ ਜਿਹੜੀ ਆ ਉਹ ਸਾਡੀ ਆਪਣੀ ਬਣੀ ਹੋਈ ਆ। ਤੂੰ ਪਾ ਲਾ ਪਹਿਲਾਂ ਗਾ, ਜਿਹੜਾ ਪਾਉਣਾ ਤਿੰਨ ਦੇ ਦਿਓ, ਦੋ ਦੇ ਦਿਓ, ਇਹ ਕਰੋ। ਮੈਂ ਦੱਸ ਰਿਹਾ ਸੀਗਾ ਵੀ ਜਿਹੜੀ ਆ ਰਾਜਮਾਂਹ ਦੀ ਸਬਜ਼ੀ ਆ ਸਤਵੀਰ ਆਪ ਘਰੋਂ ਬਣਾ ਕੇ ਲਿਆਈ ਆ, ਇੱਥੋਂ ਆਪਾਂ ਗਰਮ ਕਰਵਾ ਲਈ। ਅਤੇ ਜਿਹੜੇ ਪਰੌਂਠੇ ਹੋਏ ਨਾ ਤੂੰ ਲੈ ਲਏ ਆ, ਨਾਲ ਦਹੀਂ ਲੈ ਲੈਣਾ, ਅਤੇ ਬ੍ਰੇਕਫਾਸਟ ਕਰਦੇ ਹਾਂ। ਫਿਰ ਉਸ ਤੋਂ ਬਾਅਦ ਇੱਦਾਂ ਦੇਖ ਲਓ ਤੁਸੀਂ, ਜਿਹੜਾ ਬ੍ਰੇਕਫਾਸਟ ਕਨਸੈਪਟ ਹੈਗਾ ਉਹ ਇੱਦਾਂ ਆ ਵੀ ਮੰਜੇ ਉੱਤੇ ਫੱਟ
ਨਹੀਂ ਸੋਰੀ ਚਨਾਬ ਆ, ਚਨਾਬ ਆ, ਹਾਂ ਜੇਹਲਮ ਨਹੀਂ ਹੈ ਕਿ ਚਨਾਬ ਆ। ਪਾਣੀ ਦਾ ਫਲੋ ਬਹੁਤ ਜ਼ਿਆਦਾ ਆ, ਇਸ ਵੇਲੇ ਆਪਾਂ ਬਹੁਤ ਹਾਈਟ 'ਤੇ ਹਾਂ। ਆਹ ਦੇਖੋ ਇਹ ਜਿਉਂ ਆਪਾਂ ਥੱਲਿਓਂ ਚੱਲੇ ਹਾਂ ਅਤੇ ਨਾਲ ਦੀ ਨਾਲ ਚੱਲੀ ਹੋ ਆਪਣੇ ਨਾਲ ਹੀ, ਅਤੇ ਮੈਂ ਡੈਡੀ ਜੀ ਨੂੰ ਇਹੀ ਕਹਿੰਦਾ ਸੀ ਮੈਂ ਕਿਹਾ ਇੱਕ ਵਾਰ ਉਤਰੀਏ। ਉਹ ਤਾਂ ਡੈਡੀ ਜੀ ਬਾਹਰ ਗਰਮੀ ਬਹੁਤ ਆ, ਹੈ ਨਾ, ਫੁੱਲ ਸੇਕ ਹੈ ਇਸ ਵੇਲੇ ਪੂਰਾ। ਟੈਂ 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 ਟਰੱਕਾਂ ਦੀ ਆਵਾਜ਼, ਉੱਦਾਂ ਨਾ ਵੈਦਰ ਬਹੁਤ ਸੋਹਣਾ ਆ, ਜਾਣੀ ਦੇਖਣ ਨੂੰ ਇੰਨਾ ਸੋਹਣਾ ਲੱਗਦਾ ਪਿਆ। ਉਹ ਦੇਖੋ ਮੂਹਰੇ ਬੱਦਲ, ਮੈਂ ਕਿਹਾ ਚੱਲ ਵੀ ਮੁੰਡੇ ਇੱਕ ਵਾਰ ਬਾਹਰ ਉਤਰ ਕੇ ਦਿਖਾਈਏ ਸਾਰਿਆਂ ਨੂੰ ਵੀ ਅਸੀਂ ਕਿੱਥੇ ਘੁੰਮਦੇ ਪਏ ਹਾਂ ਇਸ ਵੇਲੇ। ਇਹ ਲੇਹ ਲੱਦਾਖ ਦਾ ਟ੍ਰਿਪ ਵੀ ਯਾਦਗਾਰ ਜਾਊਗਾ। ਮਹਾਰਾਜ ਬਸ ਕਿਰਪਾ ਕਰਨ, ਤੰਦਰੁਸਤੀ ਦੇ ਨਾਲ ਸਾਰਾ ਕੁਛ ਨਿਕਲੇ। ਹੁਣ ਇੱਥੋਂ ਆਪਾਂ ਨੂੰ ਕਿੰਨਾ ਰਹਿ ਗਿਆ, 150 ਕਿਲੋਮੀਟਰ ਰਹਿ ਗਿਆ ਕਸ਼ਮੀਰ। ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਸ਼ਮੀਰ ਪਹੁੰਚ ਕੇ ਤੁਹਾਨੂੰ ਮਿਲਦੇ ਹਾਂ, ਕਿ ਉਹ ਰਸਤੇ ਦੇ ਵਿੱਚ ਇੱਦਾਂ ਪੁਆਇੰਟ ਦਿਖਾਉਣ ਲੱਗੇ ਫਿਰ ਤਾਂ ਬਹੁਤ ਟਾਈਮ ਹੋ ਜਾਣਾ। ਆਪਾਂ ਜਾ ਕੇ ਜੇ ਟਾਈਮ ਸਿਰ ਪਹੁੰਚੀਏ ਤਾਂ ਫਿਰ ਆਪਾਂ ਸ਼ਿਕਾਰਾ ਰਾਈਡ ਅੱਗੇ ਕਰਾਂਗੇ। ਡੈਡੀ ਜੀ ਕਿੱਦਾਂ ਲੱਗਾ ਫਿਰ ਤੁਹਾਨੂੰ ਸੁਰੰਗਾਂ ਦੇ ਵਿੱਚ ਐਂਟਰ ਕਰਕੇ? ਹਾਂਜੀ ਹੋ ਸਕਦੀ, ਇਹਦਾ ਮੈਨੂੰ ਡਿਸਟੈਂਸ ਨਹੀਂ ਪਤਾ। ਜਿਹੜੀ ਪਹਿਲੀ ਟਨਲ ਡੈਡੀ ਉਹਨਾਂ ਨੇ ਦੇਖੀ ਹੈ ਜਿੱਥੋਂ ਕ੍ਰੋਸ ਕਰਕੇ ਆਏ ਆ, ਉਦੋਂ ਤਾਂ ਆਪਾਂ 3-4 ਟਨਲਾਂ ਜਿਹੜੀਆਂ ਕ੍ਰੋਸ ਕਰ ਲਈਆਂ, ਛੋਟੀਆਂ ਉਹ ਵਿੱਚ ਛੋਟੀਆਂ ਵੀ ਸੀਗੀਆਂ। ਆਹ ਵੀ ਹੋ ਗਈ ਓਪਨ, ਉਹ ਦੇਖੋ ਓਪਨ ਹੋ ਗਈ। ਇਹ ਬੜੀ ਇਹ ਜਿਹੜੀ ਟਨਲ ਆ ਇਹ ਵੀ ਤਕਰੀਬਨ 8-9 ਕਿਲੋਮੀਟਰ ਲੰਬੀਆਂ ਟਨਲ ਆ ਆ, ਤੇ ਪਹਿਲੀ ਵਾਰ ਤੁਸੀਂ ਐਕਸਪੀਰੀਅੰਸ ਕੀਤਾ ਨਾ ਇਸੀ? ਹਾਂ ਜੀ ਹਾਂ, ਜਿਹੜੀ ਨਾ ਤੇਰੇ ਦੇਖੀ ਰਹੀ ਜਿਹੜੀ ਮੌਸਮ ਹੀ ਬਦਲਿਆ ਲੱਗਦਾ ਦੇਖਿਓ, ਮੌਸਮ ਲੜਦਾ ਮੈਨੂੰ ਸਾਬ ਨਾ ਆਇਆ। ਹਾਂ ਆਹ ਵਾਲੀ ਹੁਣ ਟਨਲ ਤੋਂ ਬਾਹਰ ਨਿਕਲ ਰਹੇ ਆ, ਇਦਾਂ ਲੱਗਦਾ ਵੀ ਜਿੱਦਾਂ ਮੌਸਮ ਬਿਲਕੁਲ ਹੀ ਚੇਂਜ ਆ। ਵੈਲਕਮ, ਓਏ ਬੱਦਲਬਾਰੀ ਹੋਈ ਪਈ ਆ, ਇਦਾਂ ਵੀ ਹੋ ਜਾਂਦਾ ਆ ਤੇ ਪਹਾੜ ਦੇ ਵਿੱਚ ਤਾਂ ਡੈਡੀ ਡਰ ਲੱਗਾ, ਬੁਰਾ ਡਰ ਲੱਗਾ। ਹੂੰ ਡਰ ਬੁਰਾ ਲੱਗਾ, ਵਾਹਿਗੁਰੂ ਜੀ ਦਾ ਜਾਪ ਵੀ ਕੀਤਾ ਕਿ ਓਨਾ ਚਿਰ ਵੀ ਕਰ ਲਿਆ ਜਾਵੇ। ਹੁੰਦਾ ਕਈ ਵਾਰ ਇਹ ਜਿਹੜੇ ਸਫ਼ਰ ਦੀ ਥਕਾਵਟ ਹੈ, ਬੁੰਦਲਾ ਗਏ ਨੇ ਡੈਡੀ ਜੀ, ਬੁੰਦਲਾ ਗਏ ਨੇ। ਜਿਹੜਾ ਇੱਕ ਐਨਕ ਦੇ ਉੱਤੇ ਦੂਜੀ ਐਨਕ ਲੱਗੇ ਲਾਉਣਾ, ਦੇਖੋ ਲਾ ਕੇ ਦੇਖਿਓ ਤਾਂ ਕੀ ਪਤਾ ਤੁਸੀਂ ਲਾ ਵੀ ਸਕਦੇ। ਇਸ ਵੇਲੇ ਜਿਹੜੀ ਅਪਡੇਟ ਹੈਗੀ ਆ, ਇਹਨਾਂ ਨੂੰ ਚਾਹੀਦੀ ਆ ਹੁਣ ਕੌਫੀ। ਮੰਮੀ ਨੇ ਸਾਰਾ ਸਫ਼ਰ ਹੈ ਨਾ ਪੰਜਾਬ ਤੋਂ ਲੈ ਕੇ ਇਸ ਵੇਲੇ ਕਸ਼ਮੀਰ ਦੇ ਅੰਦਰ ਆਪਾਂ ਐਂਟਰ ਕਰ ਚੁੱਕੇ ਹਾਂ ਕਸ਼ਮੀਰ ਵਾਲੇ ਏਰੀਏ ਦੇ ਵਿੱਚ, ਤੇ ਸਾਰਾ ਸੌਂਕੇ ਕੱਢਿਆ। ਕਿਉਂ? ਕਿਉਂਕਿ ਮੈਨੂੰ ਕੌਫੀ ਚਾਹੀਏ। ਇਹ ਬਈ ਕੌਫੀ ਐਡਿਕਟਡ ਪਰਸਨ ਆ ਜਿਹੜੇ ਦੋ ਆ ਸਾਡੇ, ਇਹ ਮਹਿੰਗੇ ਬੰਦੇ ਆ, ਕੌਫੀ ਐਡਿਕਟਡ ਆ। ਮੇਰੀ ਗੱਲ ਮੈਨੂੰ ਤੇ ਕੌਫੀ ਦੀ ਗੋਲ ਨਹੀਂ। ਅੱਛਾ ਜੀ, ਮੈਂ ਤਾਂ ਕੌਫੀ ਤੋਂ ਵਗਾਰੀ ਸਾ ਦੂੰਗਾ, ਠੀਕ ਹੈ। ਮੈਨੂੰ ਆਪਣੇ ਪਾਰਟਨਰ ਨੂੰ ਕੌਫੀ ਚਾਹੀਦੀ ਹੈ। ਓ ਵੈਰੀ ਗੁੱਡ, ਆ ਗੱਲ ਤੇ ਤਾਲੀਆਂ, ਡਿਕ ਚਪਾਕ ਡਮ ਡਮ। ਸੁਣੀ ਤੁਸੀਂ ਗੱਲ, ਮੇਰੇ ਪਾਰਟਨਰ ਨੂੰ ਚਾਹੀਦੀ। ਇਹ ਪਾਰਟਨਰ ਤਾਂ ਇੰਨਾ ਖਿਆਲ ਰੱਖਦੇ ਆ ਨਾ ਬਈ, ਸਾਨੂੰ ਸਿੱਖਣ ਨੂੰ ਮਿਲਦਾ ਵੀ ਕਿੱਦਾਂ ਪਾਰਟਨਰ ਦਾ ਖਿਆਲ। ਸਵੀਰ ਮੈਂ ਤੇਰਾ ਖਿਆਲ ਵੀ ਇੱਥੇ ਰੱਖਿਆ ਕਰਨਾ ਸਵੀਰ, ਸਿਟਿੰਗ ਵਾਸਤੇ ਬਣਾ, ਸਿਟਿੰਗ ਵਾਸਤੇ। ਹਾਲ ਦੇਖੋ ਯਾਰ, ਹਾਲ ਇਹਨਾਂ ਨੇ ਦੇਖਣਾ ਲੇਹ ਲਦਾਖ ਹੈ। ਅੱਛਾ ਵੀ ਲਾਸਟ ਟਾਈਮ ਵੀ ਜਦੋਂ ਆਪਾਂ ਲੇਹ ਲਦਾਖ ਲਈ ਟੂਰ ਕੱਢਿਆ ਸੀ ਇਹਨਾਂ ਦੇ, ਉਦੋਂ ਵੀ ਕੈਫੇ 44 ਤੇ ਮਾਰਿਆ ਸੀ, ਕਿਉਂਕਿ ਇਹਨਾਂ ਦੀ ਹੌਟ ਚੌਕਲੇਟ ਬਹੁਤ ਟੇਸਟੀ ਸੀਗੀ। ਤੇ ਜਿਹੜੀ ਚਾਹ ਦੀ ਤਮਾ ਆ, ਜਿਹਨੇ ਚਾਹ ਪੀਣੀ ਉਹ ਚਾਹ ਪੀਊਗਾ, ਆਪਾਂ ਪੀਣੀ ਹੈ ਤੇ ਹੌਟ ਚੌਕਲੇਟ। ਬਹੁਤ ਵਧੀਆ ਬਣਾਈ ਸੀ ਇਹਨਾਂ ਨੇ, ਉੱਥੇ ਹੀ ਬ੍ਰੇਕ ਮਾਰੀ ਆ। ਉਹ ਕੁਰਸੀਆਂ ਤੇ ਬਹਿ ਕੇ ਆਪਾਂ, ਮੈਂ, ਪਿਤਾ ਜੀ, ਮੰਮੀ, ਸਤਵੀਰ ਨੇ ਹੌਟ ਚੌਕਲੇਟ ਇੰਜੋਏ ਕੀਤੀ ਸੀ, ਵਧੀਆ ਸੀ ਗੱਲਬਾਤ। ਤੇ ਆ ਜਾਓ ਹੁਣ ਅੰਦਰ ਚੱਲਦੇ ਹਾਂ, ਚਲੋ ਚਲੋ ਚਲੋ, ਕਿ ਬਾਹਰੇ ਡੇਰੇ ਲਾਉਣੇ ਆ, ਅੰਦਰ ਸਹੀ ਆ। ਚਲੋ 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 ਚਲੋ, ਮੈਂ ਹੌਟ ਚੌਕਲੇਟ ਖਾਣ ਨੂੰ, ਤੁਸੀਂ ਦੇਖ ਲਓ। ਓ ਵੈਰੀ ਗੁੱਡ,
ਸੀਟਿੰਗ ਵੀ ਬੜੀ ਵਧੀਆ ਬਣਾ ਲਈ, ਸੀਟਿੰਗ ਵੀ ਸੋਹਣੀ ਬਣਾਈ ਹੋਈ ਆ ਭਾਈ। ਬੂਕ ਸੇ ਨਾ ਕੜੀਲ ਨਿਕਲੇ ਪੜੇ ਹੈ, ਕੜੀਲ ਮਾਲੂਮ ਹੈ ਆਪਕਾ, ਕੜੀਲ ਆਪਕੇ ਯਹਾਂ ਨਹੀਂ ਹੋਤੇ, ਕੜੀਲ ਪੇਟ ਮੇ ਘੁੰਮਤੇ ਹੈ, ਕੜੀਲ ਕੜੇਲ ਕੜੇਲ ਨੂੰ ਹੁਣ ਕੁਛ ਤਾਂ ਕਹਿਣੇ ਸੀ, ਚੂਹੇ ਨੜਦੇ ਪਏ ਆ ਵੀ ਇਹ ਨਾ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ। ਆਹ ਦੇਖੋ ਤਸਵੀਰ ਤਾਂ ਪੈ ਗਈ ਟੁੱਟ ਕੇ, ਆਲੂ ਫਰਾਈ ਖਾਓ ਤੇ ਦੱਸੋ। ਪਹੁੰਚ ਚੁੱਕੇ ਹਾਂ ਜੀ ਡੱਲ ਲੇਕ ਦੇ ਵਿੱਚ, ਪਿੱਛੇ ਰਫੀਕ ਭਾਜੀ, ਅਤੇ ਆਪਾਂ ਕਾਰ ਜਿਹੜੀ ਆਪਣੀ ਉਹ ਪਾਰਕ ਕਰਕੇ ਆਇਆ ਮੈਂ, ਮੰਮੀ ਹੁਣੀ ਵਿੱਚੇ ਬੈਠੇ ਆ, ਜਸਕੀਰਤ ਵੀ ਵਿੱਚੇ ਹੀ ਆ, ਮੈਂ ਅਤੇ ਸਤਵੀਰ ਜਾ ਰਹੇ ਹਾਂ ਆਪਾਂ ਹਾਊਸ ਬੋਟ ਦਾ ਪ੍ਰਾਈਜ਼ ਪਤਾ ਕਰਨ ਚੱਲੇ ਹਾਂ। ਜੇ ਆਪਾਂ ਨੂੰ ਉਹ ਆਪਣੇ ਬਜਟ ਦੇ ਵਿੱਚ ਲੱਗਾ, ਦੋ ਰੂਮ ਲੈਣੇ ਪੈਣੇ ਆਪਾਂ ਨੂੰ, ਪੰਜ ਜਾਣੇ ਆ, ਅਤੇ ਜੇ ਆਪਾਂ ਨੂੰ ਬਜਟ ਦੇ ਵਿੱਚ ਲੱਗਦਾ ਤਾਂ ਫਿਰ ਆਪਾਂ ਹਾਊਸ ਬੋਟ ਟਰਾਈ ਕਰਾਂਗੇ, ਨਹੀਂ ਤਾਂ ਫਿਰ ਹੋਟਲ ਰੂਮ ਦੇਖ ਲਵਾਂਗੇ। ਕੁਛ ਨਾ ਕੁਛ ਜੁਗਾੜ ਕਰਦੇ ਹਾਂ, ਪਹੁੰਚਣ ਵਾਲੇ ਹਾਂ। ਪਿੱਛੇ ਤੁਸੀਂ ਚੈੱਕ ਕਰੋ ਵਾਲੀਆਂ ਹਾਊਸ ਬੋਟਸ ਆ ਸਾਰੀਆਂ, ਅਤੇ ਡੰਗੋਲਾ, ਹਾਂ ਡੰਗੋਲਾ ਪੈਲਸ, ਆਹ ਵਾਲੀ ਦੇਖਣ ਚੱਲੇ ਹਾਂ। ਦੇਖੋ ਹਾਂ ਦੇਖਣੇ ਮੈਂ ਤਾਂ ਅੱਛੀ ਲੱਗ ਰਹੀ ਹੈ। ਅੱਛਾ ਤੋ ਪਹਿਲਾਂ ਟਰਾਈ ਕਰਦੇ ਹਾਂ, ਜੇ ਆਪਾਂ ਨੂੰ ਪ੍ਰਾਈਜ਼ ਵਧੀਆ ਲੱਗਾ ਫਿਰ ਇੱਥੇ ਆਪਾਂ ਸਟੇਅ ਕਰ ਲੈਣਾ। ਮੰਮੀ ਉਹਨਾਂ ਨੂੰ ਫਿਰ ਲੈ ਕੇ ਆਵਾਂਗੇ। ਅਤੇ ਕਿੱਦਾਂ ਲੱਗਦਾ ਪਿਆ? ਪਿੱਛੇ ਅਜ਼ਾਨ ਚੱਲਦੀ ਪਈ ਹੈ, 5:15 ਦਾ ਟਾਈਮ ਹੋ ਗਿਆ, 5:15 ਵਜੇ ਚਲਦੀ ਹੈ ਅਜ਼ਾਨ, ਐਗਜੈਕਟ ਟਾਈਮ ਹੁੰਦਾ ਹੈ 5 ਵਜੇ, 5:15 ਵਜੇ ਇਹਨਾਂ ਦਾ ਐਗਜੈਕਟ ਟਾਈਮ ਹੈ। ਇਦੋਂ ਨਮਾਜ਼ ਚੱਲਦੀ, ਬਹੁਤ ਸੋਹਣੀ ਲੱਗਦੀ ਪਈ ਆ, ਔਰ ਪੀਸਫੁੱਲ ਇੰਨਾ ਨਾ ਏਰੀਆ, ਕਰਾਊਡ ਬਹੁਤ ਘੱਟ ਆ। ਰਫੀਕ ਬਾਈ ਟੂਰਿਸਟ ਕਿਉਂ ਕਮ ਹੈ ਅਭੀ? ਇਲੈਕਸ਼ਨ ਹੋਣੇ ਵਾਲਾ ਹੈ ਤੋ ਇਸਕੇ ਕਾਰਨ ਥੋੜਾ ਅਭੀ ਕਮ ਹੈ, ਅਭੀ ਹੈ ਯਹਾਂ ਪੇ, ਮਤਲਬ ਹੈ ਟੂਰਿਸਟ ਅਭੀ ਵੀ ਹੈ, ਆ ਰਹਾ ਹੈ, ਮਗਰ ਕਮ ਹੈ। ਕੁਛ ਇੱਦਾਂ ਦੀਆਂ ਹੁੰਦੀਆਂ ਹਾਊਸ ਬੋਟਸ, ਸ਼ਿਕਾਰਾ ਤੁਹਾਨੂੰ ਇੱਥੇ ਡਰੋਪ ਕਰ ਦਿੰਦੀ ਆ, ਅਤੇ ਸੋਹਣੀ ਬਣਾਈ ਹੋਈ ਆ ਵੈਸੇ ਤਾਂ। ਬਾਹਰ ਇੱਥੇ ਬਹਿ ਕੇ ਤੁਸੀਂ ਰੋਟੀ ਪਾਣੀ ਖਾ ਸਕਦੇ ਹਾਂ ਬਈ। ਪਿਛਲੀ ਵਾਰ ਵਾਲਾ ਐਕਸਪੀਰੀਅੰਸ ਵੀ ਵਧੀਆ ਰਿਹਾ ਸੀਗਾ, ਅਤੇ ਹੁਣ ਟਰਾਈ ਕਰਦੇ ਹਾਂ ਜੇ ਆਪਣੇ ਬਜਟ ਦੇ ਵਿੱਚ ਰਿਹਾ ਅਤੇ ਫਿਰ ਮੰਮੀ ਉਹਨਾਂ ਨੂੰ ਜ਼ਰੂਰ ਹਾਊਸ ਬੋਟ ਦੇ ਵਿੱਚ ਰਿਹਾਇਸ਼ ਕਰਵਾਵਾਂਗੇ। ਸ਼ੂਜ਼ ਵਗੈਰਾ ਬਾਹਰ ਹੀ ਖੋਲ੍ਹਣੇ ਪੈਂਦੇ ਹੁੰਦੇ ਇੱਥੇ, ਕਿ ਅੰਦਰ ਮੈਟਿੰਗ ਹੋਈ ਹੁੰਦੀ ਆ। ਕੀ ਬਾਤ ਹੈ, ਇਹ ਰੂਮ ਹੈ, ਰੂਮ ਤਾਂ ਸੋਹਣਾ। ਵਾਸ਼ਰੂਮ, ਉਹ ਵੈਰੀ ਗੁੱਡ, ਬਾਥ ਟੱਬ ਵੀ ਲੱਗਾ ਹੋਇਆ। ਦੇਖਦੇ ਹਾਂ ਟਰਾਈ ਕਰਦੇ ਹਾਂ ਪ੍ਰਾਈਜ਼ ਕੀ ਦਿੰਦੇ ਆ, ਫਿਰ ਮੰਮੀ ਉਹਨਾਂ ਨੂੰ ਲੈ ਕੇ ਆਵਾਂਗੇ। ਮੈਂ ਤਾਂ ਤਸਵੀਰ ਪਹਿਲਾਂ ਚੈੱਕ ਕਰਨ ਆਏ ਹੋਏ ਹਾਂ ਵੀ ਹਾਊਸ ਬੋਟ ਵਧੀਆ ਆ, ਦੋ ਰੂਮ ਲਵਾਂਗੇ। ਆਹ ਵੀ ਠੀਕ ਹੈ, ਇਹਦੇ ਵਿੱਚ ਸਿੰਗਲ ਬੈੱਡ ਵੀ ਲੱਗਾ ਹੋਇਆ, ਆਹ ਵੀ ਕੁਛ ਬਈ। ਬਹੁਤ ਸਾਰੀਆਂ ਦੇਖ ਲਈਆਂ ਆ ਹਾਊਸ ਬੋਟਸ, ਪ੍ਰਾਈਜ਼ 3-3, 4-4 ਹਜ਼ਾਰ ਦੱਸਦੇ ਪਏ ਆ, ਔਰ ਇੰਨਾ ਮੇਰੇ ਹਿਸਾਬ ਨਾਲ ਨਹੀਂ ਉਹ ਹੈਗਾ, ਵਰਥ ਨਹੀਂ ਹੈਗਾ। ਅਤੇ ਤੁਹਾਨੂੰ ਮੈਂ ਇੱਕ ਹੈਰਾਨੀ ਵਾਲੀ ਗੱਲ ਦੱਸਦਾ, ਉਹ ਸਾਹਮਣੇ ਵਾਲੀ ਜਿਹੜੀ ਸ਼ਿਕਾਰਾ ਚੱਲਦੀ ਪਈ ਨਾ ਵਾਲੀ, ਇਹ ਆਹ ਦੇਖੋ
ਛੋਟੇ ਛੋਟੇ ਬੱਚੇ ਚਲਾਉਂਦੇ ਪਏ ਆ, ਚੱਪੂ ਮਾਰਦੇ ਪਏ ਉਹਦੇ ਵਿੱਚ। ਹੁਣ ਬੀਬੀ ਜੀ ਉਹਨੇ ਚਲਾ ਰਹੇ ਆ, ਪਰ ਆਉਂਦੇ ਆਉਂਦੇ ਦੇਖੋ, ਦੇਖੋ ਕਿੰਨੇ ਕਿਊਟ ਲੱਗਦੇ ਪਏ ਬਾਈ। ਇਹ ਅਭੀ ਸੇ ਸੀਖ ਗਏ ਹੈ ਸ਼ਿਕਾਰਾ ਚਲਾਣੀ। ਕਿੰਨੇ ਟ੍ਰੇਨਿੰਗ ਚੱਲ ਰਹੀ ਹੈ। ਹਾਂ ਕਿੰਨੇ ਕਿਊਟ ਲੱਗਦੇ ਪਏ। ਲੋ ਵੀ ਥੋੜਾ ਜਿਹਾ ਡੈਡੀ ਜੀ ਘਬਰਾ ਰਹੇ ਹੈ। ਠੀਕ ਹੈ ਜੀ, ਠੀਕ ਹੈ। ਮਾਰਾ ਡਰਾਈਵਰ ਜੋ ਹੈ ਉਹ ਫਰੰਟ ਸਾਈਡ ਜਾ। ਉਹ ਤੇਰੀ ਡੈਡੀ ਜੀ, ਉਹ ਦੇਖੋ 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 ਡੈਡੀ ਜੀ ਥੋੜਾ ਨਾ ਘਬਰਾਉਂਦੇ ਪਏ ਆ। ਡਰ ਕੇ ਆ ਗਏ, ਡਰ ਕੇ ਆ ਗਏ, ਡਰ ਕੇ ਆ ਗਏ। ਝੀਲ ਹੈ ਤੇ ਡੈਡੀ ਜੀ ਕੋਈ ਚਿੰਤਾ ਨਹੀਂ, ਇਹ ਪਲਟਦੀ ਨਹੀਂ ਹੈ। ਠੀਕ ਹੈ, ਤੁਸੀਂ ਆਰਾਮ ਨਾਲ ਇੰਜੋਏ ਕਰੋ ਆਪਣਾ। ਸੂਰਜ ਉੱਧਰ ਦੇ ਪਾਸੇ ਆ ਗਿਆ ਤੇ ਹੁਣ ਤੁਹਾਨੂੰ ਨਾਲ ਦੀ ਨਾਲ ਜਿਹੜੇ ਉਹ ਸਿਨੇਮੈਟਿਕ ਸ਼ਾਟਸ ਵੀ ਦਿਖਾਉਂਦੇ ਆ। ਕਰਾਊਡ ਵੀ ਵੱਧ ਗਿਆ, ਪਹਿਲਾਂ ਨਹੀਂ ਸੀ ਕਰਾਊਡ, ਹੁਣ ਵੱਧ ਗਿਆ। ਚਲੋ ਖਾਵਾਂਗੇ ਪੀਵਾਂਗੇ ਇੰਜੋਏ ਕਰਾਂਗੇ ਤੇ ਤੁਸੀਂ ਜਾਨੂੰ ਸਿਨੇਮੈਟਿਕ ਸ਼ਾਟਸ ਆ ਜਿਹੜੇ ਉਹ ਇੰਜੋਏ ਕਰੋ। ਜਦੋਂ ਲਾਸਟ ਈਅਰ ਆਏ ਸੀਗੇ ਉਦੋਂ ਤੁਹਾਨੂੰ ਮੀਨਾ ਬਾਜ਼ਾਰ ਹੈ ਨਾ ਦਿਨੇ ਦਿਖਾਇਆ ਸੀਗਾ, ਇਸ ਵਾਰ ਤੁਸੀਂ ਰਾਤ ਦਾ ਵਿਊ ਚੈੱਕ ਕਰੋ। ਸਨਸੈੱਟ ਹੋ ਚੁੱਕਾ ਹੈ, ਉੱਧਰ ਦੇਖੋ ਔਰੇਂਜ ਔਰੇਂਜ ਅਤੇ ਮੀਨਾ ਬਾਜ਼ਾਰ ਇੰਨਾ ਸੋਹਣਾ ਲੱਗਦਾ ਪਿਆ। ਆ ਪਾਣੀ ਦੀ ਵੇਵਸ ਦੇਖੋ ਇੱਧਰ ਨੂੰ ਜਾ ਰਹੀਆਂ। ਸਾਡੇ ਨਾਲ ਕਾਹਵਾ, ਇਹ ਕਾਹਵਾ ਕਿਤਨੇ ਕਾ ਹੈ? 100 ਰੁਪਏ ਕਾ ਹੈ। ਓ ਵੈਰੀ ਗੁੱਡ, ਦੇਖੋ ਇਹ ਬੜਾ ਕਪ ਹੈ।
ਇਹ ਬਾਈ ਕਦੀ ਕਾਬਾਈ ਵਾਲੇ ਆਉਂਦੇ ਆ, ਕਦੀ ਜੁਲਰੀ ਵਾਲੇ ਆਉਂਦੇ ਇੱਥੇ, ਤੇ ਆਹ ਸਾਰੀ ਮਾਰਕੀਟ ਆ ਮੀਨਾ ਬਾਜ਼ਾਰ। ਜਿਨ੍ਹਾਂ ਨੇ ਪਿਛਲੇ ਵਲੌਗਸ ਨਹੀਂ ਦੇਖੇ ਉਹ ਲਾਸਟ ਈਅਰ ਦੇ ਕੱਢ ਕੇ ਦੇਖ ਸਕਦੇ, ਇਹਨਾਂ ਵਿੱਚ ਆਪਾਂ ਸ਼ੋਪਿੰਗ ਕੀਤੀ ਸੀਗੀ, ਪਰ ਇਸ ਵਾਰ ਆਪਾਂ ਕੁਛ ਸ਼ੋਪਿੰਗ ਨਹੀਂ ਕਰਨਾ, ਟਰੈਵਲ ਹੀ ਕਰਨਾ ਬਸ ਆਪਾਂ। ਬਈ ਰਾਤ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਮੀਨਾ ਬਾਜ਼ਾਰ। ਲਓ ਜੀ, ਅੱਜ ਦੀ ਸ਼ਿਕਾਰਾ ਰਾਈਡ ਆ ਜਿਹੜੀ ਉਹ ਆਪਣੀ ਫਿਨਿਸ਼ ਹੋ ਚੁੱਕੀ ਆ। ਸਾਡੇ ਵਾਲੀ ਬੋਟ ਇੱਥੇ ਲੱਗ ਗਈ, ਮੰਮੀ ਹੁਣੀ ਆ ਗਏ ਪਿੱਛੇ, ਅਤੇ ਹੁਣ ਇਹਨਾਂ ਦੀ ਪੇਮੈਂਟ ਕਰਾਂਗੇ। ਹੋਟਲ ਦੇ ਵਿੱਚ ਜਾ ਕੇ ਜਾਣ ਤੋਂ ਪਹਿਲਾਂ ਆਪਾਂ ਖਾ ਪੀ ਲਈਏ ਹੈ ਨਾ, ਅਤੇ ਫਿਰ ਜਾ ਕੇ ਰੈਸਟ ਕਰਾਂਗੇ, ਕਿਉਂ ਸਵੇਰ ਦੇ ਕਿੰਨੇ 3 ਵਜੇ ਦੇ ਉੱਠੇ ਹੋਏ ਹਾਂ, ਨਹਾ ਧੋ ਕੇ ਫਿਰ ਤਿਆਰੀ ਕਰਕੇ ਨਿਕਲੇ ਹੋਏ ਹਾਂ। ਹਾਂ, 2:30 ਵਜੇ ਸੁੱਤੇ ਸੀਗੇ ਅਤੇ 3 ਵਜੇ ਉੱਠ ਕੇ ਫਿਰ ਰੈਡੀ ਹੋਣ ਲੱਗ ਪਏ। ਵਧੀਆ ਰਿਹਾ ਫਿਰ ਵੀ, ਕੋਈ ਐਸੀ ਦਿੱਕਤ ਨਹੀਂ, ਪਰ ਥੱਕ ਹੋ ਜਾਂਦਾ। ਆ ਜਾਓ ਭਾਈ, ਬਹੁਤ ਆਨੰਦ ਲੈ ਲਿਆ। ਲਓ ਜੀ, ਰੂਮ ਇੱਕ ਵਾਰ ਚੈੱਕ ਕਰ ਲਓ। ਆ ਲਓ, ਠੀਕ ਹੈ ਡੈਡੀ ਜੀ ਰੂਮ? ਬਹੁਤ ਵਧੀਆ। ਹਾਂ ਠੀਕ ਹੈ, 2 ਕਿੰਗ ਸਾਈਜ਼ ਬੈੱਡ ਲੱਗੇ ਹੋਏ। ਪਹਿਲਾਂ ਰੂਮ ਦੱਸ ਦਈਏ ਫਿਰ ਖਲਾਰਾ ਪੈ ਜਾਣਾ ਨਾ। ਰੂਮ ਟੂਅਰ ਦੇ ਤਾ, 2500 ਰੁਪਏ ਦੇ ਵਿੱਚ ਸਾਨੂੰ ਕਮਰਾ ਮਿਲ ਗਿਆ। ਬਸ ਕਸ਼ਟ ਇਹ ਆ ਵੀ ਦੋ ਮੰਜ਼ਿਲ ਪੌੜੀਆਂ ਚੜ੍ਹ ਕੇ ਆਉਣਾ ਪੈਂਦਾ। ਹਾਂ, ਇੰਨੀਆਂ ਵੀ ਔਖੀਆਂ ਨਹੀਂ ਹੈਗੀਆਂ ਪੌੜੀਆਂ ਵੈਸੇ। ਠੀਕ ਆ, ਸ਼ਸਤਰ ਆਪਾਂ ਆਪਣਾ ਨਾਲ ਲਏ ਹਾਂ, ਅਤੇ ਪੱਖੇ ਦੀ ਠੰਡੀ ਠਾਰ ਹਵਾ ਬਿਲਕੁਲ ਨਾ, ਬਿਲਕੁਲ ਚਿਲਡ ਹਵਾ ਜਿੱਦਾਂ ਏ ਸੀ ਦੀ ਹੁੰਦੀ ਆ। ਇੱਥੇ ਤਾਂ ਵੈਦਰ ਠੀਕ ਆ, ਹੁਣ ਰਾਤ ਨੂੰ ਠੰਡ ਹੋ ਗਈ ਆ ਇਸ ਵੇਲੇ, ਅਤੇ ਡੈਡੀ ਜੀ ਤਾਂ ਆਪਣੀ ਫਾਰਮ 'ਚੋਂ ਬਾਹਰ ਹੋ ਚੁੱਕੇ ਆ। ਇੱਧਰ ਆ ਦੇਖ ਲਓ, ਵਾਹ 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 ਵਾਹ, ਇਹਨਾਂ ਨੇ ਜਾਣਾ ਭਾਈ ਲਦਾਖ ਜਾਣਗੇ, ਖਾਰਦੁੰਗਲਾ, ਸ਼ਾਇਦ ਮਲਿੰਗਲਾ ਵੀ, ਹਜੇ ਪਤਾ ਨਹੀਂ ਕੀ ਹੋਣਾ। ਅਤੇ ਇੱਧਰ ਵੀ ਆ ਵੀ ਲਮਲੇਟ, ਇੱਧਰ ਵੀ ਲਮਲੇਟ। ਹਜੇ ਵਲੌਗ ਐਡਿਟ ਕਰਨਾ, ਸਿੱਧਾ ਪੁੱਠਾ ਹੁੰਦਾ ਆ, ਉਹਨੂੰ ਸਿੱਧਾ ਕਰਕੇ ਫਿਰ ਉਹਨੂੰ ਐਡਿਟ ਕਰਕੇ ਜੋੜ ਕੇ ਫਿਰ ਯੂਟਿਊਬ ਉੱਤੇ ਅਪਲੋਡ ਕਰਕੇ ਫਿਰ ਫੋਨ ਦੀ ਮੈਮਰੀ ਫਰੀ ਕਰਕੇ ਤਾਂ ਕੱਲ੍ਹ ਨੂੰ ਅਗਲਾ ਨੈਕਸਟ ਵਲੌਗ ਆਪਾਂ ਬਣਾਵਾਂਗੇ, ਫਿਰ ਉਹਨੂੰ ਅਪਲੋਡ ਕਰਾਂਗੇ। ਬਸ ਆ ਜਰਨੀ ਦੇ ਵਿੱਚ ਜਿਹੜਾ ਘੁੰਮ ਕੇ ਬੰਦਾ ਥੱਕਦਾ ਉਹ ਤਾਂ ਥੱਕਦਾ ਹੀ ਥੱਕਦਾ ਆ, ਫਿਰ ਜਿਹੜਾ ਆਹ ਫੋਨ 'ਤੇ ਕੰਮ ਕਰਨਾ ਆ ਇਹਨੂੰ ਘੱਟੋ ਘੱਟ 1.5 ਘੰਟਾ ਜਾਂ ਚਾਹੀਦਾ ਆ। ਸੋ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਹਾਂ ਜੀ। ਇਹ ਲੱਦਾਖ ਦੀ ਜਰਨੀ ਸਟਾਰਟ ਕੀਤੀ ਆ, ਅੱਜ ਪੰਜਾਬੋਂ ਤੁਰ ਕੇ ਸ਼੍ਰੀਨਗਰ ਪਹੁੰਚ ਚੁੱਕੇ ਹਾਂ, ਕੱਲ੍ਹ ਨੂੰ ਸ਼੍ਰੀਨਗਰ ਘੁੰਮਾਂਗੇ ਅਤੇ ਇਹਨਾਂ ਨੂੰ ਵੀ ਘੁੰਮਾਵਾਂਗੇ, ਆਪ ਵੀ ਘੁੰਮਾਂਗੇ ਅਤੇ ਤੁਹਾਨੂੰ ਵੀ ਨਾਲ ਦੀ ਨਾਲ ਘੁੰਮਾਵਾਂਗੇ ਸਫ਼ਰ ਦੇ ਵਿੱਚ। ਨਾਲ ਦੀ ਨਾਲ ਤੁਸੀਂ ਕੀ ਕਹਿੰਦੇ ਹੁੰਦੇ, ਨਾਲ ਦੀ ਨਾਲ ਦੇਖੀ ਜਾਇਓ, ਆਨੰਦ ਪ੍ਰਾਪਤ ਕਰੋ, ਹੈ ਆਨੰਦ ਮਾਣੋ। ਅਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ। ਵਾਹਿਗੁਰੂ ਜੀ ਕੀ ਫਤਿਹ। ਵਲੌਗ ਜ਼ਰੂਰ ਦੇਖਿਓ ਸਾਰੇ ਜਣੇ ਯਾਰ।